ਕਮਾਨ ਨੂੰ ਸਾਨੂੰ 2-400 500 ਰੁਪਏ ਟਨ ਹੀ ਹੈ ਮਗਰ ਆ ਚੋਰ ਆਂਦੇ ਹਨ 2 ਟਨ ਵੀ ਮਾਲ ਲੈ ਜਾਂਦਾ ਰੁਪਈਆ 1.5 ਲੱਖ 1.5 ਲੱਖ ਦਾ ਮਾਲ ਬਣ ਜਾਂਦਾ ਆਮ ਬੰਦਾ ਵਪਾਰੀ ਬੰਦਾ ਕਿੱਦਾਂ ਸਰਵਾਈਵ ਕਰੂ ਜਿੱਦਾਂ ਉਹ ਕਰਜ਼ਿਆਂ ਦੇ ਬੋਝ ਤੋਂ ਪਹਿਲੇ ਮਰਿਆ ਹੋਇਆ ਹੈ ਰਾਂਦੀ ਖਾਂਦੀ ਕਸਰ ਆ ਚੋਰ ਮਾਰ ਜਾਣ ਵਪਾਰੀ ਕਿੱਥੇ ਖੜਾ ਕਿੰਨਾ ਕੁ ਮਾਲ ਚੋਰੀ ਹੋ ਗਿਆ ਕਿੰਨੇ ਕੁ ਟਨ ਲਗਭਗ ਚੋਰੀ ਹੋ ਗਿਆ ਮੇਰਾ ਤਕਰੀਬਨ ਜੀ 1.5 ਤੋਂ 2 ਟਨ ਦੇ ਕਰੀਬ ਮਾਲ ਚੋਰੀ ਹੋਇਆ ਆ 9 ਤਰੀਕ ਨੂੰ ਸਵੇਰੇ 4 ਵਜੇ ਦੇ ਕਰੀਬ ਲੋਕਲ ਦੇ ਮਾਰਕੀਟ ਦਾ ਲਗਭਗ ਕਿੰਨਾ ਮਾਲ ਚੋਰੀ ਹੋ ਗਿਆ ਦੇਖੋ ਲੱਖਾਂ ਦਾ ਨੁਕਸਾਨ ਹੋਇਆ ਮਾਰਕੀਟ ਦਾ ਸਾਰੇ ਦੁਕਾਨਦਾਰਾਂ ਦਾ ਜਿਨ੍ਹਾਂ ਦੀ ਅਸੀਂ ਕੰਪਲੇਂਟ ਵੀ ਲਿਖਾਈ ਆ ਕਈਆਂ ਦੀ ਤਾਂ FIR ਦੀ ਕਾਪੀ ਵੀ ਨਹੀਂ ਮਿਲੀ ਹਾਲੇ ਤੱਕ ਪਰ ਕੋਈ ਪੁਲਿਸ ਦੀ ਗਸ਼ਤ ਨਹੀਂ ਕੋਈ ਚੋਰ ਹਾਲੇ ਤੱਕ ਨਾ ਕੋਈ ਚੋਰ ਨਹੀਂ ਟਰੇਸ ਹੋਇਆ ਸਾਰੀਆਂ ਵਾਰਦਾਤਾਂ ਫੁਟੇਜ ਵਿੱਚ ਕੈਦ ਕੈਦ ਹੈਗੀਆਂ ਜਿੱਥੇ ਜਿੱਥੇ ਵੀ ਚੋਰੀਆਂ ਹੋਈਆਂ ਹਨ ਪਤਾ ਨਹੀਂ ਪੁਲਿਸ ਕਿਉਂ ਨਹੀਂ ਇਹਨਾਂ 'ਤੇ ਕਾਰਵਾਈ ਕਰਦੀ ਅਸੀਂ ਇਹ ਸੋਚ ਕੇ ਬੜੇ ਹੈਰਾਨ ਸਿੰਘਲ ਜੀ ਅਸੀਂ ਲੁਧਿਆਣਾ ਸਟੀਲ ਟ੍ਰੇਡਰ ਐਸੋਸੀਏਸ਼ਨ ਦੇ ਮੈਂਬਰ ਹਾਂ ਜੀ ਹੁਣੇ ਸਾਡੇ ਪ੍ਰਧਾਨ ਸਾਹਿਬ ਨੇ ਜਿਵੇਂ ਕੋਈ ਰਾਤ ਨੂੰ ਵਾਰਦਾਤ ਜਿਹੜੀ ਚੋਰੀ ਦੀ ਵਾਰਦਾਤ ਹੈ ਉਹਦੇ ਬਾਰੇ ਸਾਰਾ ਚਾਨਣਾ ਪਾਇਆ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਵੀ ਜੋ ਵੀ ਇਹਦੇ ਮੁਤਲਕ ਕਾਰਵਾਈ ਕੀਤੀ ਜਾਵੇ ਇਹ ਕਲੀਅਰ ਫੁਟੇਜ ਵਗੈਰਾ ਸਾਰੀਆਂ ਨਾਲ ਉਹਨਾਂ ਨੇ ਰਿਕਾਰਡ ਕਰਕੇ ਸਾਰੀਆਂ ਦਿੱਤੀਆਂ ਗਈਆਂ ਨਾਲ ਜਿਹਦੇ ਵਿੱਚ ਸਾਫ਼ ਪਤਾ ਲੱਗਦਾ ਨਸ਼ੇ ਦੀ ਹਾਲਤ ਵਿੱਚ ਉਹਨਾਂ ਨੇ ਇਹ ਚੋਰੀ ਕੀਤੀ ਹੈਗੀ ਜੀ ਸ਼ਰਾਬ ਦੀ ਬੋਤਲ ਵੀ ਸੀ ਸ਼ਰਾਬ ਪੀ ਰਹੀ ਸੀ ਹਾਂ ਉਹ ਸਾਰੀ ਫੁਟੇਜ ਦੇ ਵਿੱਚ ਸਾਰੀ ਕਵਰੇਜ ਆਈ ਹੈ ਜੀ ਉਹਦਾ ਐਵੀਡੈਂਸ ਨਾਲ ਹੈ ਉਹਨਾਂ ਨੇ ਪੈਨ ਡਰਾਈਵ ਦੇ ਵਿੱਚ ਪਾ ਕੇ ਸਾਰੀ ਪ੍ਰਸ਼ਾਸਨ ਨੂੰ ਦੇਣ ਦੀ ਦੇ ਰਹੇ ਨੇ ਅਤੇ ਉਹ ਕਾਰਵਾਈ ਦੀ ਮੰਗ ਕਰਦੇ ਸ਼ਰਾਬ ਪੀ ਰਹੀ ਸੀ ਮੌਕੇ 'ਤੇ ਡਰਿੰਕ ਕਰ ਰਹੀ ਸੀ ਜੀ ਨਾਲ